ਮੁਕੇਰੀਆ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਇੱਕ ਹੋਟਲ ਤੇ ਛਾਪੇਮਾਰੀ ਕਰਕੇ ਇੱਕ ਮਸ਼ਹੂਰ ਗੈਂਗਸਟਰ ਸਮੇਤ 4 ਗੈਂਗਸਟਰਾਂ ਨੂੰ ਦੇਸੀ ਪਿਸਤੌਲ, 2 ਜ਼ਿੰਦਾ ਰੌਂਦ ਅਤੇ ਤੇਜ਼ਧਾਰ ਹਥਿਆਰਾਂ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਿਨ੍ਹਾਂ ਦੀ ਨਿਸ਼ਾਨਦੇਹੀ ਤੇ ਇੱਕ ਹੋਰ ਗੈਂਗਸਟਰ ਨੂੰ ਫਗਵਾੜਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਗੈਂਗਸਟਰਾਂ ਦੀ ਪਹਿਚਾਣ ਅਮਨ ਬਸਰਾ, ਹਰਪ੍ਰੀਤ ਸਿੰਘ, ਹੈਪੀ ਟੰਡਾ, ਜਸਵੀਰ ਕੁਮਾਰ ਅਤੇ ਆਕਾਸ਼ ਪੁਰੂਥੀ ਸਾਰੇ ਵਾਸੀ ਫਗਵਾੜਾ ਵਜੋਂ ਹੋਈ ਹੈ। ਇਸ ਸਬੰਧੀ DSP ਮੁਕੇਰੀਆ ਅਰਵਿੰਦਰ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਗੈਂਗਸਟਰਾਂ ਵਿੱਚੋਂ ਇੱਕ ਅਮਨ ਬਸਰਾ ਸਿਰਫ ਫਗਵਾੜਾ ਥਾਣੇ ਵਿੱਚ ਪਹਿਲਾਂ ਵੀ ਵੱਖ-ਵੱਖ ਮਾਮਲੇ ਦਰਜ ਹਨ ਤੇ ਪੁਲਿਸ ਵੱਲੋਂ ਗ੍ਰਿਫਤਾਰ ਗੈਂਗਸਟਰਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਮਿਤੀ 29 ਤਰੀਕ ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਡੋਲਫਿਨ ਹੋਟਲ ਦੇ ਵਿੱਚ 4 ਮੁੰਡੇ ਅਨਨੋਨ ਉੱਥੇ ਗੈਂਗਸਟਰ ਰਹਿ ਰਹੇ ਹਨ। ਇਹਦੇ ਰਿਗਾਰਡਿੰਗ ਅਸੀਂ ਆਪਣੇ ਮੌਕੇ 'ਤੇ ਟੀਮ SSO ਸਾਹਿਬ, ਮੈਂ ਸਾਰੇ ਮੌਕੇ 'ਤੇ ਜਾ ਕੇ ਉੱਥੇ ਫੋਲਡਨ ਕਰਕੇ ਇਹਨਾਂ ਨੂੰ ਮੌਕੇ 'ਤੇ ਫੜ ਲਿਆ ਸੀ। ਫੜਨ ਤੋਂ ਬਾਅਦ ਇਹਨਾਂ ਨੂੰ ਵੈਰੀਫਾਈ ਕੀਤਾ, ਵੈਰੀਫਾਈ ਕਰਨ ਤੋਂ ਬਾਅਦ ਇਹਨਾਂ ਨੂੰ ਪ੍ਰੋਪਰ ਚੈਕਿੰਗ ਕਰਨ ਤੋਂ ਬਾਅਦ ਇਹਨਾਂ ਕੋਲੋਂ ਇੱਕ ਪਿਸਟਲ ਵੀ ਰਿਕਵਰ ਹੋਇਆ ਜਿਹਦੇ 2 ਰਾਊਂਡ ਵੀ ਰਿਕਵਰ ਹੋਏ, ਹੋਰ ਦਾਤਰ ਵੀ ਵਗੈਰਾ ਗੱਡੀ 'ਚੋਂ ਵੀ ਦਾਤਰ ਵਗੈਰਾ ਵੀ ਰਿਕਵਰ ਹੋਏ ਸੀ। ਫਿਰ ਇਹਨਾਂ ਦੇ ਖਿਲਾਫ ਇਹਨਾਂ ਦਾ ਵੀ ਇੱਕ ਕਿੰਗ ਲੀਡਰ ਲੀਡਰ ਹੈਗਾ ਅਮਨਦੀਪ ਉਰਫ ਅਮਨ ਬਸਰਾ, ਜਿਨ੍ਹਾਂ ਦੇ ਖਿਲਾਫ 16 ਮੁਕੱਦਮੇ PSCT ਫਗਵਾੜਾ ਦਰਜ ਹੈ। ਇਹ ਲੜਾਈਆਂ ਝਗੜਾ ਲੁੱਟਾਂ ਖੋਹਾਂ 'ਚ ਪਹਿਲਾਂ ਵੀ ਇਨਵੋਲਵ ਰਿਹਾ, ਹੁਣ ਵੀ ਇਹ ਲਾਸਟ ਟਾਈਮ ਵੀ ਪੁਲਿਸ ਤੋਂ ਭੱਜਿਆ ਹੈ। ਇਹਦੇ ਖਿਲਾਫ ਇੱਕ ਮੁਕੱਦਮਾ ਦਰਜ ਹੋਇਆ 452 387 ਦਾ ਫਗਵਾੜੇ ਸਿਟੀ ਫਗਵਾੜੇ 'ਚ। ਸਰ ਕਿੰਨੇ ਦਿਨਾਂ ਤੋਂ ਮੰਗੇਰੀਆਂ 'ਚ ਰਹਿ ਰਹੇ ਸੀਗੇ ਔਰ ਇਹ ਮੰਗੇਰੀਆਂ ਪਹਿਲਾਂ ਵੀ ਹੈ? ਕੱਲ੍ਹ ਰਾਤ ਨੂੰ ਹੀ ਸਟੇ ਕੀਤਾ ਜਿਹਦੇ ਬਾਰੇ ਸਾਨੂੰ ਇਨਫੋਰਮੇਸ਼ਨ ਮਿਲ ਗਈ ਸੀ ਅਤੇ ਉਸ ਤੋਂ ਬਾਅਦ ਇਹਨਾਂ ਨੂੰ ਆਪਣੇ ਵੱਲੋਂ ਕੀ ਕਾਰਵਾਈ ਕੀਤੀ ਗਈ? ਇਹਨਾਂ ਖਿਲਾਫ IFIA ਨੰਬਰ 112 ਅੰਡਰ ਸੈਕਸ਼ਨ 392 402 IPC